ਸ੍ਰੀ ਕਲਜੀ ਮਹਿਲ ਅਪ੍ਰਿਤਕਰ ਹਸ ਰਾਂਸੀ ਲਗਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਵਲ ਪਿੰਡ ਦਾ ਮੁੰਡਾ ਦਾ ਪਾਕਿਸਤਾਨ ਮਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਨਿੰਦਰ ਆਪਣੇ ਘਰ ਦੀ ਵੀ ਨੌਕਰੀ ਦੀ ਵੀ ਤੇ ਯੂਨੀਅਨ ਦੀ ਵੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਦਾ ਰਿਹਾ ਉਹ ਮੁਲਾਜ਼ਮਾਂ ਦੇ ਕੰਮ ਕਰਵਾਉਂਦਾ ਮੁਲਾਜ਼ਮਾਂ ਦੇ ਦੋ ਤਿੰਨ ਹੀ ਕੰਮ ਜ਼ਿਆਦਾ ਹੁੰਦੇ ਸਨ ਇੱਕ ਤਾਂ ਫੰਡ ਚੋਂ ਪੈਸੇ ਜਲਦੀ ਕਢਵਾਉਣੇ ਦੂਸਰਾ ਬੱਚਿਆਂ ਦੀਆਂ ਸਕੂਲ ਕਾਲਜਾਂ 'ਚ ਐਡਮਿਸ਼ਨ ਤੇ ਤੀਜਾ ਘਰੇਲੂ ਝਗੜਿਆਂ 'ਚ ਮਦਦ ਮਤਲਬ ਕਿਸੇ ਮੁਲਾਜ਼ਮ ਦੀ ਕੁੜੀ ਦਾ ਸਹੁਰੇ ਨਾਲ ਝਗੜਾ ਤੇ ਕਿਸੇ ਮੁਲਾਜ਼ਮ ਦੇ ਮੁੰਡੇ ਦਾ ਕਿਸੇ ਦਾ ਗਲੀ 'ਚ ਝਗੜਾ ਤੇ ਕਿਸੇ ਦਾ ਪਲਾਟ ਦਾ ਰੋਲਾ ਮਨਿੰਦਰ ਇਹ ਕੰਮ ਕਰਵਾਉਂਦਾ ਉਹ ਕਿਸੇ ਵੀ ਮੁਲਾਜ਼ਮ ਨੂੰ ਨਿਰਾਸ਼ ਨਹੀਂ ਸੀ ਮੋੜਦਾ ਉਹ ਪੁਲਿਸ ਅਫਸਰਾਂ ਕੋਲ ਜਾਂਦਾ ਉਹਨਾਂ ਤੋਂ ਮੁਲਾਜ਼ਮਾਂ ਦੇ ਕੰਮ ਕਰਵਾਉਂਦਾ ਉਸ ਦੀ ਇਸ ਉਧਾਰਤਾ ਕਰਕੇ ਤੇ ਸਭ ਨੂੰ ਸਤਿਕਾਰ ਨਾਲ ਬੁਲਾਉਣ ਕਰਕੇ ਮੁਲਾਜ਼ਮਾ ਜੋ ਸੀ ਬਹੁਤ ਇੱਜ਼ਤ ਸੀ ਅਚਾਨਕ ਪੰਜਾਬ ਦੀ ਰਾਜਨੀਤੀ ਚ ਪੋਚਾ ਲਾ ਗਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਤਲ ਕਰ ਦਿੱਤਾ ਗਿਆ ਇੱਕ ਵਾਰ ਫਿਰ ਪੰਜਾਬ ਚ ਸ਼ਾਂਤੀ ਭੰਗ ਹੋਣ ਦਾ ਖਤਰਾ ਹੋ ਗਿਆ ਲੋਕ ਸਹਿਮ ਗਏ ਪੰਜਾਬ ਦੀਆਂ ਵੋਟਾਂ ਚ ਅਜੇ 2 ਸਾਲ ਸਨ ਇਸ ਲਈ ਨਵੇਂ ਮੁੱਖ ਮੰਤਰੀ ਨੇ ਸੌ ਚੁੱਕੀ ਪਰ ਉਹ ਜ਼ਿਆਦਾ ਕਾਮਯਾਬ ਨਾ ਹੋਇਆ ਤਾਂ ਪਾਰਟੀ ਨੇ ਇੱਕ ਬੈਲਾ ਨੂੰ ਪਹਿਲੀ ਵਾਰ ਪੰਜਾਬ ਦੀ ਮੁੱਖ ਮੰਤਰੀ ਬਣਾਇਆ ਉਦਰ ਯੂਨੀਵਰਸਿਟੀ ਮੁਲਾਜ਼ਮਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ 'ਚ ਅਨਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ। ਹੁਣ ਫਿਰ ਪ੍ਰਧਾਨ ਨੇ ਸਾਰੀ ਜ਼ਿੰਮੇਵਾਰੀ ਮਨਿੰਦਰ ਤੇ ਪਾ ਦਿੱਤੀ। ਮਾਨ ਸਾਹਿਬ ਹੁਣ ਯੂਨੀਅਨ ਦੀ ਪੱਤ ਤੇਰੇ ਹੱਥ ਹੈ ਵੀਰ ਤੂੰ ਹੀ ਇਹਨਾਂ ਮੁਲਾਜ਼ਮਾਂ ਨੂੰ ਆਪਣੀਆਂ ਸਪੀਚਰਾਂਹੀਂ ਉਤਸ਼ਾਹਿਤ ਕਰਕੇ ਧਰਨੇ ਤੇ ਵਠਾ ਸਕਦਾ। ਅਗਲੇ ਸਾਲ ਸ਼ੁਰੂ 'ਚ ਪੰਜਾਬ ਦੇ ਤੇ ਸੈਂਟਰ ਦੇ ਇਲੈਕਸ਼ਨ ਹਨ। ਇਸ ਲਈ ਜੇ ਸੀ ਹੜਤਾਲ ਕਾਮਯਾਬ ਕਰ ਲਈ ਤਾਂ ਇਹ ਮੁਲਾਜ਼ਮਾਂ ਦੀਆਂ ਦੋਵੇਂ ਮੇਨ ਮੰਗਾਂ ਮਨਾ ਸਕਦੇ ਹਾਂ ਸਰਕਾਰ ਤੋਂ ਜੇ ਆਪਾਂ ਇਹਨਾਂ ਦੋਨਾਂ ਮੰਗਾਂ ਮਨਾ ਲਈਆਂ ਤਾਂ ਆਪਣੇ ਗਰੁੱਪ ਨੂੰ 20 ਸਾਲ ਨਹੀਂ ਕੋਈ ਹਰਾ ਸਕਦਾ ਪ੍ਰਧਾਨ ਨੇ ਮਨਿੰਦਰ ਨੂੰ ਸਮਝਾਇਆ ਮੈਂ ਪੂਰੀ ਕੋਸ਼ਿਸ਼ ਕਰੂੰਗਾ ਪ੍ਰਧਾਨ ਜੀ ਪਰ ਮੇਰੀ ਕੋਸ਼ਿਸ਼ ਸਿਰਫ ਉਦੋਂ ਤੱਕ ਹੋ ਜਦ ਤੱਕ ਇਹ ਹੜਤਾਲ ਮੁਲਾਜ਼ਮਾਂ ਤੱਕ ਸੀਮਿਤ ਰਹੀ ਜੇ ਤੁਸੀਂ ਇਸ ਹੜਤਾਲ ਤੋਂ ਕੋਈ ਪੋਲਿਟੀਕਲ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਾਥ ਛੱਡਣ ਨੂੰ ਇੱਕ ਮਿੰਟ ਨਹੀਂ ਲਾਉਣਾ ਫਿਰ ਨਾ ਕਿ ਉਹ ਮਨ ਸਾਥ ਛੱਡ ਗਿਆ ਮੇਰਾ ਮਤਲਬ ਸਿਰਫ ਮੇਰੇ ਮੁਲਾਜ਼ਮਾਂ ਨਾਲ ਆ ਮਨਿੰਦਰ ਨੇ ਪ੍ਰਧਾਨ ਨੂੰ ਸਾਫ਼ ਲਫ਼ਜ਼ਾਂ ਚ ਕਹਿ ਦਿੱਤਾ ਤੇਰੀ ਇਸ ਗੱਲ ਤੇ ਤੈਨੂੰ دیਵਾਨੇ ਨੇ ਮੁਲਾਜ਼ਮ ਉਹਨਾਂ ਨੂੰ ਪਤਾ ਵੀ ਮਨ ਸੱਚ ਕਹੋ ਜਦੋਂ ਵੀ ਕਹੋ ਵੀਰ ਜੋਸ਼ ਭਰਦੇ ਮੁਲਾਜ਼ਮਾਂ ਚ ਆਪਣੇ ਭਾਸ਼ਣਾ ਨਾਲ ਪ੍ਰਧਾਨ ਨੇ ਮਨਿੰਦਰ ਦੀ ਪਿੱਠ ਥਪਤ ਪਾਈ ਮਨਿੰਦਰ ਨੂੰ ਸਭ ਤੋਂ ਅਖੀਰ ਚ ਬੁਲਾਇਆ ਜਾਂਦਾ ਤਾਂ ਜੋ ਉਸ ਆ ਭਾਸ਼ਣ ਸੁਣਨ ਲਈ ਮੁਲਾਜ਼ਮ ਉਹਦੇ ਤੱਕ ਰੁਕ ਸਕਣ ਮਨਿੰਦਰ ਨੇ ਆਪਣੇ ਭਾਸ਼ਣਾ ਨਾਲ ਮੁਲਾਜ਼ਮਾਂ 'ਚ ਜੋਸ਼ ਭਰ ਦਿੱਤਾ। ਇਸ ਹੜਤਾਲ ਨੂੰ 2 ਮਹੀਨਿਆਂ ਤੋਂ ਉੱਪਰ ਹੋ ਗਿਆ ਸੀ। ਯੂਨੀਵਰਸਿਟੀ ਦਾ ਸਾਰਾ ਕੰਮਕਾਜ ਪਿਛਲੇ 2 ਮਹੀਨਿਆਂ ਤੋਂ ਠੱਪ ਪਿਆ ਸੀ। ਅਥਾਰਟੀ ਨੇ ਗੁੱਸੇ 'ਚ ਆ ਕੇ 'ਨੋ ਵਰਕ, ਨੋ ਪੇ' ਵਾਲਾ ਰੂਲ ਲਾਗੂ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਲਈਆਂ। 2 ਮਹੀਨੇ ਤਨਖਾਹਾਂ ਨਾ ਦਿੱਤੀ। 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਬਹੁਤ ਸਾਰੇ ਮੁਲਾਜ਼ਮ ਪਰੇਸ਼ਾਨ ਹੋ ਗਏ। ਮਨਿੰਦਰ ਨੇ ਬਹੁਤ ਸਾਰੇ ਮੁਲਾਜ਼ਮਾਂ ਦੀ ਵਿੱਤੀ ਸਹਾਇਤਾ ਕੀਤੀ। ਪਰ ਇੰਨੇ ਪੈਸੇ ਉਸ ਕੋਲ ਵੀ ਨਹੀਂ ਸਨ ਕਿ ਉਹ ਸਭ ਦੀ ਮਦਦ ਕਰ ਸਕਦਾ ਪ੍ਰਧਾਨ ਜੀ ਲੋਕ ਪਰੇਸ਼ਾਨ ਹੋ ਰਹੇ ਹਨ ਸਾਨੂੰ ਜਲਦੀ ਤੋਂ ਜਲਦੀ ਇਸ ਹੜਤਾਲ ਬਾਰੇ ਫੈਸਲਾ ਲੈਣਾ ਚਾਹੀਦਾ ਕਿਤੇ ਇਹ ਨਾ ਹੋਵੇ ਮੁਲਾਜ਼ਮ ਬਗਾਵਤ ਕਰ ਦੇਣ ਮਨਿੰਦਰ ਨੇ ਪ੍ਰਧਾਨ ਨੂੰ ਕਿਹਾ ਆਪਣੀਆਂ ਦੋ ਮੇਨ ਮੰਗਾਂ ਤਾਂ ਅਥਾਰਟੀ ਕਦੋਂ ਦੀ ਮੰਨੀ ਬੈਠੀ ਸੀ ਫਿਰ ਇਸ ਹੜਤਾਲ ਦਾ ਮਤਲਬ ਮਨਿੰਦਰ ਨੇ ਗੁੱਸੇ ਨਾਲ ਪ੍ਰਧਾਨ ਨੂੰ ਕਿਹਾ ਆਪਾਂ ਹੜਤਾਲ ਦਾ ਰਿਕਾਰਡ ਬਣਾਉਣਾ ਸੀ ਯੂਨੀਵਰਸਿਟੀ 'ਚ ਪਹਿਲੀ ਵਾਰ ਇੰਨੀ ਲੰਬੀ ਹੜਤਾਲ ਕਰਕੇ ਨਵਾਂ ਕੀਰਤੀ ਮਨ ਸਥਾਪਿਤ ਕਰਨਾ ਸੀ ਇਸ ਕਰਕੇ ਹੜਤਾਲ ਲੰਬੀ ਕਰਨੀ ਪਈ ਆਪਣੀ ਪਾਰਟੀ ਦਾ ਹੁਕਮ ਸੀ ਇਹ ਪ੍ਰਧਾਨ ਨੇ ਕਿਹਾ ਪ੍ਰਧਾਨ ਦੀ ਗੱਲ ਸੁਣਦੇ ਹੀ ਮਨਿੰਦਰ ਲੋਹਾ ਲੱਖਾ ਹੋ ਗਿਆ ਇਸ ਦਾ ਮਤਲਬ ਤੁਸੀਂ ਮੁਲਾਜ਼ਮਾਂ ਨੂੰ ਬੇਕੂਫ ਬਣਾਇਆ ਨਹੀਂ ਮੈਂ ਆਪਣੀ ਪਾਰਟੀ ਦਾ ਹੁਕਮ ਮੰਨਿਆ ਹੁਣ ਆਪਾਂ ਉਹ ਦੋਵੇਂ ਮੰਗਾਂ ਮੰਵਾ ਕੇ ਇਹ ਹੜਤਾਲ ਖਤਮ ਕਰਨਾ ਚਾਹੁੰਦੇ ਹਾਂ ਜਰੂ ਦੋਵੇਂ ਮੰਗਾਂ ਮੰਨੀਆਂ ਗਈਆਂ ਤੇ ਮੁਲਾਜ਼ਮਾਂ ਦੀ 2 ਮਹੀਨਿਆਂ ਦੀ ਤਨਖਾਹ ਉਹਨਾਂ ਨੂੰ ਮਿਲ ਗਈ ਆਪਣੀ ਬੱਲੇ-ਵੱਲੇ ਹੋ ਜਾਵੇਗੀ ਪ੍ਰਧਾਨ ਨੇ ਕਿਹਾ ਆਪਾਂ ਨਹੀਂ ਸਿਰਫ ਤੁਸੀਂ ਮੈਂ ਤੁਹਾਡੇ ਨਾਲ ਨਹੀਂ ਤੁਸੀਂ 2 ਮਹੀਨਿਆਂ ਤੋਂ ਮੁਲਾਜ਼ਮਾਂ ਤੋਂ ਨਾਰੀ ਲਵਾ ਰਹੇ ਹੋ ਯੂਨੀਵਰਸਿਟੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰਵਾ ਦਿੱਤਾ ਮੁਲਾਜ਼ਮਾਂ ਦੀਆਂ 2 ਮਹੀਨਿਆਂ ਦੀਆਂ ਤਨਖਾਹਾਂ ਮਰਵਾ ਦਿੱਤੀਆਂ ਇਹ ਯੂਨੀਅਨ ਮੈਂ ਤੁਹਾਡਾ 1 ਮਿੰਟ ਵੀ ਸਾਥ ਨਹੀਂ ਦੇ ਸਕਦਾ ਮਨਿੰਦਰ ਨੇ ਪ੍ਰਧਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਵੇਖ ਵੀਰ ਆਪਣੀ ਇਹ ਹੜਤਾਲ ਬਹੁਤ ਨਾਜ਼ੁਕ ਮੋੜ ਤੇ ਆ ਜੇ ਆਪਾਂ ਇੱਕ ਦੂਜੇ ਦੇ ਖਿਲਾਫ ਹੋ ਗਏ ਤਾਂ ਮੁਲਾਜ਼ਮਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਅਥਾਰਟੀ ਨੀ ਮੰਨੀਆਂ ਮੰਗਾਂ ਵੀ ਨਹੀਂ ਮੰਨਣੀਆਂ ਤੇ 2 ਮਹੀਨਿਆਂ ਦੀ ਤਨਖਾਹ ਵੀ ਨਹੀਂ ਦੇਣੀ ਇਸ ਲਈ ਇਸ ਚੋਂ ਨਿਕਲਣ ਦਾ ਰਾਹ ਸੋਚ ਤਾਂ ਜੋ ਆਪਾਂ ਮੁਲਾਜ਼ਮਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਕੀ ਪ੍ਰਧਾਨ ਨੇ ਮਨਿੰਦਰ ਨੂੰ ਮੁਲਾਜ਼ਮਾਂ ਦਾ ਨਾਂ ਲੈ ਕੇ ਇਮੋਸ਼ਨਲ ਬਲੈਕਮੇਲ ਕੀਤਾ ਮਨਿੰਦਰ ਨੇ ਮੁਲਾਜ਼ਮਾਂ ਲਈ ਪ੍ਰਧਾਨ ਦਾ ਸਾਥ ਨਾ ਛੱਡਿਆ ਪਰ ਉਸ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਕਿ ਉਸ ਨੇ ਐਸੇ ਗਰੁੱਪ ਦੀ ਮਦਦ ਕਿਉਂ ਕੀਤੀ ਜੋ ਮੁਲਾਜ਼ਮਾਂ ਨਾਲੋਂ ਜ਼ਿਆਦਾ ਆਪਣੀ ਪੋਲੀਟੀਕਲ ਪਾਰਟੀ ਨੂੰ ਪਹਿਲ ਦਿੰਦਾ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਮੁਲਾਜ਼ਮਾਂ ਨੂੰ ਇਸ ਮੁਸੀਬਤ ਚੋਂ ਕਿਵੇਂ ਕੱਢਿਆ ਜਾਵੇ ਜਿਨ੍ਹਾਂ ਨੇ 2 ਮਹੀਨੇ ਉਹਨਾਂ ਦਾ ਸਾਥ ਦਿੱਤਾ ਮਨਿੰਦਰ ਨੂੰ ਇਸ ਗੱਲ ਦੀ ਚਿੰਤਾ ਸੀ ਪ੍ਰਧਾਨ ਦੀ ਤੇ ਮਨਿੰਦਰ ਦੀ ਇਹ ਚਿੰਤਾ ਸੀ ਕਿ ਹੁਣ ਇਸ ਮੁਸੀਬਤ ਚੋਂ ਕਿਵੇਂ ਨਿਕਲਿਆ ਜਾਵੇ ਸਰਕਾਰ ਦਾ ਕੋਈ ਮੰਤਰੀ ਹੀ ਇਸ ਮੁਸੀਬਤ 'ਚੋਂ ਕੱਢ ਸਕਦਾ ਸੀ ਜੋ ਯੂਨੀਵਰਸਿਟੀ ਅਥਾਰਟੀ ਤੇ ਜ਼ੋਰ ਪਾ ਕੇ ਮੰਨੀਆਂ ਹੋਈਆਂ ਮੰਗਾਂ ਦਾ ਨੋਟੀਫਿਕੇਸ਼ਨ ਕਰਵਾਏ ਤੇ ਮੁਲਾਜ਼ਮਾਂ ਦੀ 2 ਮਹੀਨਿਆਂ ਦੀ ਰੁਕੀ ਹੋਈ ਤਨਖਾਹ ਰੀਲੀਜ਼ ਕਰਵਾਏ ਉਹਨਾਂ ਦੀ ਚੰਗੀ ਕਿਸਮਤ ਨੂੰ ਸਿੱਖਿਆ ਮੰਤਰੀ ਲੁਧਿਆਣੇ ਤੋਂ ਹੀ ਸੀ ਪ੍ਰਧਾਨ ਨੇ ਮਨਿੰਦਰ ਦੀ ਡਿਊਟੀ ਲਈ ਮਾਨਾ ਤੂੰ ਮੰਤਰੀ ਨੂੰ ਅਪਰੋਚ ਕਰ ਵੋਟਾਂ ਵੇਲੇ ਤੇਰੇ ਨਾਲ ਬਾਪਿਆ ਹੋਣਾ ਇਸ ਦਾ ਵੀਰ ਤੂੰ ਨਾਲ ਲੈ ਜਾ ਜਿਸ ਨੂੰ ਲੈ ਜਾਣਾ ਤੇ ਇਸ ਮੁਸੀਬਤ ਚੋਂ ਕੱਢ ਪ੍ਰਧਾਨ ਨੇ ਮਨਿੰਦਰ ਦੀਆਂ ਮਿੰਤਾਂ ਕੀਤੀਆਂ ਪ੍ਰਧਾਨ ਜੀ ਵੋਟਾਂ ਵੇਲੇ ਇਹਨਾਂ ਦੇ ਤੇਵਰ ਹੋਰ ਹੁੰਦੇ ਨੇ ਤੇ ਜਿੱਤਣ ਤੋਂ ਬਾਅਦ ਹੋਰ ਪਰ ਮੈਨੂੰ ਮੰਤਰੀ ਸਾਹਿਬ ਬਾਈ ਫੇਸ ਜਾਣਦੇ ਹਨ ਉਹਨਾਂ ਨੂੰ ਇਹ ਵੀ ਪਤਾ ਵੀ ਮੈਂ ਯੂਨੀਵਰਸਿਟੀ ਦਾ ਮੁਲਾਜ਼ਮਾ ਮਨਿੰਦਰ ਨੇ ਕਿਹਾ ਤਾਂ ਹੀ ਤਾਂ ਤੈਨੂੰ ਕਿਹਾ ਵੀਰ ਕਰ ਕੋਸ਼ਿਸ਼ ਪਰ ਤੁਹਾਨੂੰ ਵੀ ਮੇਰੇ ਨਾਲ ਜਾਣਾ ਹੋ ਪ੍ਰਧਾਨ ਜੀ ਕਈ ਵਾਰ ਤੁਰੰਤ ਕੋਈ ਫੈਸਲਾ ਲੈਣਾ ਪੈਂਦਾ ਮਨਿੰਦਰ ਨੇ ਪ੍ਰਧਾਨ ਨੂੰ ਕਿਹਾ ਨਹੀਂ ਮੈਂ ਨਹੀਂ ਜਾਣਾ ਮੈਂ ਤੈਨੂੰ ਪੂਰੀ ਪਾਵਰ ਦਿੰਦਾ ਹਾਂ ਤੇਰਾ ਹਰ ਫੈਸਲਾ ਮਨਜ਼ੂਰ ਮੈਂ ਮੁਲਾਜ਼ਮਾਂ ਤੋਂ ਹੱਥ ਖੜੇ ਕਰਵਾ ਕੇ ਤੈਨੂੰ ਮਨਜ਼ੂਰੀ ਲੈ ਦਿੰਦਾ ਹਾਂ ਪ੍ਰਧਾਨ ਨੇ ਕਿਹਾ ਪ੍ਰਧਾਨ ਨੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਉਸਨੇ ਕਿਹਾ ਸਾਡੀ ਟੀਮ ਜਿਸ ਦਾ ਮੁਖੀ ਮਨਿੰਦਰ ਸਿੰਘ ਮਾਨ ਹੈ ਸਰਕਾਰ ਨਾਲ ਗੱਲਬਾਤ ਕਰਨ ਜਾ ਰਹੀ ਆ ਤੁਹਾਨੂੰ ਵਿਸ਼ਵਾਸ ਆ ਉਹਨਾਂ ਤੇ ਸਾਰੇ ਮੁਲਾਜ਼ਮਾਂ ਨੇ ਹੱਥ ਖੜੇ ਕਰਕੇ ਕਿਹਾ ਵਿਸ਼ਵਾਸਾ ਉਹਨਾਂ ਮੁਲਾਜ਼ਮਾਂ ਦੇ ਹਿੱਤ ਵਿੱਚ ਜੋ ਵੀ ਫੈਸਲਾ ਕਰਕੇ ਆਉਣਗੇ ਤੁਹਾਨੂੰ ਮਨਜ਼ੂਰ ਹੋਵੇਗਾ ਹਾਂ ਮਨਜ਼ੂਰ ਹੋਵੇਗਾ ਸਾਰੇ ਮੁਲਾਜ਼ਮਾਂ ਨੇ ਹੱਥ ਕੜੇ ਕਰਕੇ ਸਿਆਮਤੀ ਦਿੱਤੀ ਇੱਥੇ ਪ੍ਰਧਾਨ ਮਨਿੰਦਰ ਨਾਲ ਚਾਲ ਚੱਲ ਗਿਆ ਗੱਲਬਾਤ ਵਾਲੀ ਕਮੇਟੀ ਦਾ ਮੁਖੀ ਬਣਾ ਕੇ ਉਸਨੇ ਸਾਰੀ ਗੱਲ ਮਨਿੰਦਰ ਤੇ ਸੱਟ ਦਿੱਤੀ ਇਸ ਗੱਲਬਾਤ ਦੇ ਚੰਗੇ ਮਾੜੇ ਨਤੀਜਿਆਂ ਦਾ ਭਵਿਕ ਵਿੱਚ ਮਨਿੰਦਰ ਦੇ ਯੂਨੀਅਨ ਵਿੱਚ ਪੋਲਿਟੀਕਲ ਕੈਰੀਅਰ ਤੇ ਫਰਕ ਪੈਣਾ ਸੀ ਪਰ ਮਨਿੰਦਰ ਇਸ ਸਭ ਗੱਲਾਂ ਤੋਂ ਬੇਫਿਕਰ ਮੁਲਾਜ਼ਮਾਂ ਲਈ ਮੰਤਰੀ ਨਾਲ ਗੱਲਬਾਤ ਕਰਨ ਲੱਗ ਗਿਆ ਮੰਤਰੀ ਜੀ ਲੁਧਿਆਣੇ ਹੀ ਸਨ ਉਸਨੇ ਟਾਈਮ ਲੈ ਕੇ ਆਪਣੇ ਦੋ ਤਿੰਨ ਸਾਥੀਆਂ ਸਮੇਤ ਮੰਤਰੀ ਜੀ ਨਾਲ ਗੱਲਬਾਤ ਕੀਤੀ ਮੰਤਰੀ ਜੀ ਯੂਨੀਵਰਸਿਟੀ ਅਥਾਰਟੀ ਵੱਲੋਂ ਮੰਨੀਆਂ ਦੋਵੇਂ ਮੰਗਾਂ ਦਾ ਨੋਟੀਫਿਕੇਸ਼ਨ ਕਰਵਾਉਣ ਲਈ ਤਾਂ ਸਹਜੇ ਹੀ ਤਿਆਰ ਹੋ ਗਏ ਉਹਨਾਂ ਇਸ ਲਈ ਯੂਨੀਵਰਸਿਟੀ ਮੁਖੀ ਨੂੰ ਫੋਨ ਵੀ ਕਰ ਦਿੱਤਾ ਪਰ ਹੜਤਾਲ ਦੇ ਸਮੇਂ ਦੀ ਤਨਖਾਹ ਦੇਣ ਲਈ ਮંત્રી ਜੀ ਨੇ ਥੋੜੀ ਝਿਜਕ ਵਿਖਾਈ ਗੱਲਬਾਤ 'ਚ ਮਨਿੰਦਰ ਦਾ ਕੋਈ ਸਾਨੀ ਨਹੀਂ ਸੀ ਇਸ ਲਈ ਉਸ ਨੇ ਗੱਲਾਂ ਬਾਤਾਂ 'ਚ ਮੰਤਰੀ ਜੀ ਨੂੰ ਆਉਣ ਵਾਲੀਆਂ ਬੋਟਾਂ ਦਾ ਐਸਾ ਡਰ ਵਿਖਾਇਆ ਕਿ ਮੰਤਰੀ ਜੀ ਸੁੱਚੀ ਪਏ ਮੰਤਰੀ ਜੀ ਨੇ ਮੁੱਖ ਮੰਤਰੀ ਨਾਲ ਟੈਲੀਫੋਨ 'ਤੇ ਗੱਲ ਕਰਨ ਤੋਂ ਬਾਅਦ ਦੂਸਰੀ ਮੰਗ ਮੰਨਣ ਦੀ ਹਾਮੀ ਭਰ ਲਈ ਪਰ ਉਸ ਨੇ ਸ਼ਰਤ ਇਹ ਰੱਖੀ ਕਿ ਹੜਤਾਲ ਤੁਰੰਤ ਖਤਮ ਕੀਤੀ ਜਾਵੇ ਸਰ ਯੂਨੀਵਰਸਿਟੀ ਅਥਾਰਟੀ ਜੀ ਅੱਜ ਹੀ ਸਾਡੀਆਂ ਮੰਗਾਂ ਦਾ ਨੋਟੀਫਿਕੇਸ਼ਨ ਤੇ ਤਨਖਾਹ ਦੇ ਆਰਡਰ ਕਰ ਦਿੰਦੀ ਆ ਤਾਂ ਅਸੀਂ ਤੁਰੰਤ ਹੜਤਾਲ ਖਤਮ ਕਰ ਦੇਾਂਗੇ ਮਨਿੰਦਰ ਨੇ ਮੰਤਰੀ ਜੀ ਨੂੰ ਕਿਹਾ ਮੰਗਾਂ ਵਾਲਾ ਨੋਟੀਫਿਕੇਸ਼ਨ ਤਾਂ ਹੁਣੇ ਹੀ ਹੋ ਜਾਏਗਾ ਪਰ ਤਨਖਾਹ ਦੇ ਆਰਡਰ 1-2 ਦਿਨ ਬਾਅਦ ਚਾਉਣਗੇ ਮੰਤਰੀ ਜੀ ਨੇ ਗੱਲ ਸਪਸ਼ਟ ਕੀਤੀ ਨਹੀਂ ਸਰ ਤਨਖਾਹ ਲੈ ਤੋਂ ਬਿਨਾ ਅਸੀਂ ਹੜਤਾਲ ਖਤਮ ਨਹੀਂ ਕਰਨੀ ਤੁਸੀਂ ਮਿਹਰਬਾਨੀ ਕਰਕੇ ਇਹ ਕੰਮ ਵੀ ਨਾਲ ਕਰਵਾ ਦਿਓ ਨਹੀਂ ਮੁਲਾਜ਼ਮਾਂ ਨੇ ਸਾਨੂੰ ਯੂਨੀਵਰਸਿਟੀ 'ਚ ਨਹੀਂ ਵੜਨ ਦੇਣਾ ਮਨਿੰਦਰ ਨੇ ਫਿਰ ਮੰਤਰੀ ਜੀ ਦੀ ਮਿੰਤਾ ਕੀਤੀ ਮੈਨੂੰ ਗੱਲਬਾਤ ਕਰਨ ਲਈ ਕੁਝ ਸਮਾਂ ਚਾਹੀਦਾ ਤੁਸੀਂ ਜਾਓ ਹੁਣ ਸ਼ਾਮ ਨੂੰ ਆਇਓ ਉਰੋਂ ਤੱਕ ਮੈਂ ਸਾਰੀ ਗੱਲਬਾਤ ਕਰ ਲਵਾਂਗਾ ਹੜਤਾਲ ਦੇ ਸਮੇਂ ਦੀ ਤਨਖਾਹ ਵਾਲੀ ਗੱਲ ਛੋਟੀ ਨਹੀਂ ਮੰਤਰੀ ਜੀ ਨੇ ਸਾਫ਼ ਗੱਲ ਕਹਿ ਦਿੱਤੀ ਉਹ ਵਾਪਸ ਯੂਨੀਵਰਸਿਟੀ ਆ ਗਏ ਦੁਪਹਿਰ ਤੱਕ ਮੰਗਾਂ ਵਾਲੀ ਨੋਟੀਫਿਕੇਸ਼ਨ ਤਾਂ ਆ ਗਈ ਪਰ ਤਨਖਾਹ ਦਾ ਅਜੇ ਵੀ ਰੇੜਕਾ ਸੀ ਸ਼ਾਮ ਨੂੰ ਮਨਿੰਦਰ ਫਿਰ ਮੰਤਰੀ ਜੀ ਨੂੰ ਮਿਲਿਆ ਮંત્રી ਜੀ ਨੇ ਸਾਰੀ ਜਾਣਕਾਰੀ ਲੈ ਲਈ ਸੀ ਮੈਂ ਸਭ ਨਾਲ ਗੱਲ ਕਰ ਲਈ ਗੱਲ ਇਹ ਆ ਕਿ ਮੈਂ ਹੜਤਾਲ ਦੇ ਸਮੇਂ ਦੀ ਤੁਹਾਨੂੰ ਛੁੱਟੀ ਦੇਣੀ ਪਵੇਗੀ ਜੇ ਤੁਹਾਨੂੰ ਇਹ ਸ਼ਰਤ ਮਨਜ਼ੂਰ ਆ ਤਾਂ ਮੈਂ ਤਨਖਾਹ ਦੇ ਆਰਡਰ ਕਰਵਾ ਦਿੰਦਾ ਹਾਂ ਮੰਤਰੀ ਜੀ ਨੇ ਸਹੀ ਗੱਲ ਕਹੀ ਸੀ ਇਹੋ ਹੀ ਹਾਲ ਸੀ ਇਸ ਸਮੱਸਿਆ ਦਾ ਪਰ ਮਨਿੰਦਰ ਫਸ ਗਿਆ ਸੀ ਉਸ ਕੋਲ ਫੈਸਲਾ ਲੈਣ ਦਾ ਅਧਿਕਾਰ ਤਾਂ ਸੀ ਪਰ ਇਸ ਫੈਸਲੇ ਨਾਲ ਮੁਲਾਜ਼ਮਾਂ ਨੇ ਪੜ ਕੇ ਜਾਣਾ ਸੀ ਉਸ ਨੇ ਇੱਕ ਨਵੀਂ ਚਾਲ ਚੱਲੀ ਸਰ ਮੈਂ ਇੱਕ ਬੇਨਤੀ ਕਰਦਾ ਵੀ ਛੁੱਟੀ ਵਰੇ ਮੁਲਾਜ਼ਮਾਂ ਤੋਂ ਕੁਝ ਨਾ ਲਿਖਾਇਆ ਜਾਏ ਅਸੀਂ ਲਿਖ ਕੇ ਦੇ ਦਿੰਦੇ ਹਾਂ ਯੂਨੀਅਨ ਵਾਲੀ ਕਿ ਰਿਟਾਇਰਮੈਂਟ ਵੇਲੇ 48 ਸਮੇਂ ਦੀ ਛੁੱਟੀ ਕੱਟ ਕੇ ਮੁਲਾਜ਼ਮਾਂ ਦੀ ਪੇਮੈਂਟ ਕੀਤੀ ਜਾਵੇ ਮਨਿੰਦਰ ਇੱਕ ਵਾਰ ਇਸ ਮੁਸੀਬਤੋਂ ਨਿਕਲਣਾ ਚਾਹੁੰਦਾ ਸੀ ਉਸ ਨੂੰ ਵੀ ਪਤਾ ਸੀ ਕਿ ਕਿਹੜਾ ਮੁਲਾਜ਼ਮ ਅੱਜ ਹੀ ਰਿਟਾਇਰ ਹੋ ਰਹੇ ਹਨ ਉਦੋਂ ਤੱਕ ਬਥੇਰੇ ਵਾਰੀ ਫੈਸਲੇ ਬਦਲ ਜਾਣਗੇ ਤੁਸੀਂ ਇਹ ਲਿਖ ਕੇ ਦੇ ਦਿਓ ਵੇ ਉਹਨਾਂ ਆਪਸਰਾਂ ਦਾ ਤੰਮੂ ਬੰਦ ਕਰਨਾ ਉਹ ਕਹਿਣਗੇ ਮੰਤਰੀ ਜੀ ਵੋਟਾਂ ਨੇ ਮੁਲਾਜ਼ਮਾਂ ਨੂੰ ਰਿਆਇਤ ਦੇ ਰਹੇ ਨੇ ਮੰਤਰੀ ਜੀ ਵੀ ਛੇਤੀ ਗੱਲ ਨੂੰ ਨਿਪਟਾਉਣਾ ਚਾਹੁੰਦੇ ਸਨ ਮੰਤਰੀ ਜੀ ਨੂੰ ਵੀ ਯੂਨੀਵਰਸਿਟੀ ਦੇ 4000 ਮੁਲਾਜ਼ਮਾਂ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਦਿੱਖਦੀਆਂ ਸਨ ਇਸ ਲਈ ਮੰਤਰੀ ਜੀ ਮੁਲਾਜ਼ਮਾਂ ਨੂੰ ਨਾਰਾਜ਼ ਕਰਨ ਦੇ ਮੂਡ 'ਚ ਨਹੀਂ ਸਨ ਉਹਨਾਂ ਨੇ ਯੂਨੀਵਰਸਿਟੀ 'ਚੋਂ ਆਡਿਟ ਅਧਿਕਾਰੀ ਬੁਲਾਇਆ ਤੇ ਉਹਨਾਂ ਨੂੰ ਕਿਹਾ ਤੁਸੀਂ ਜੋ ਵੀ ਲਿਖਵਾਉਣਾ ਚਾਹੁੰਦੇ ਹੋ ਇਨਾ ਤੋਂ ਲਿਖਵਾ ਲਵ ਪਰ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਕੱਲ ਨੂੰ ਤਨਖਾਹ ਮਿਲਣੀ ਚਾਹੀਦੀ ਆ ਮੰਤਰੀ ਜੀ ਨੇ ਹੁਕਮ ਸੁਣਾ ਦਿੱਤਾ ਅਪਸਰਾਂ ਨੇ ਇੱਕ ਨੋਟ ਟਾਈਪ ਕਰਵਾਇਆ ਜਿਸ ਤੇ ਮਨਿੰਦਰ ਤੇ ਉਸ ਦੇ ਸਾਥੀਆਂ ਨੇ ਸਾਈਨ ਕਰ ਦਿੱਤੇ ਅਗਲੇ ਦਿਨ ਸਵੇਰੇ ਤਨਖਾਹ ਦੇ ਆਰਡਰ ਮਿਲਣ ਨਾਲ ਹੀ ਹੜਤਾਲ ਖਤਮ ਹੋ ਗਈ ਮੁਲਾਜ਼ਮ ਖੁਸ਼ ਹੋ ਗਏ 2 ਮਹੀਨਿਆਂ ਦੀ ਇਕੱਠੀ ਤਨਖਾਹ ਮਿਲ ਗਈ ਟੈਕਨੀਕਲ ਸਟਾਫ ਦੀ ਸਕਿੱਲ ਵਧ ਗਈ ਤੇ ਦਫ਼ਤਰੀ ਸਟਾਫ ਨੂੰ ਸੈਕਟਰੀਏਟ ਪੈਟਰਨ ਮਿਲ ਗਿਆ ਸਾਰੇ ਪਾਸੇ ਯੂਨੀਅਨ ਦੀ ਬੱਲੇ-ਵੱਲੇ ਸੀ ਪਰ ਇਸਾ ਸਾਰਾ ਕ੍ਰੈਡਿਟ ਪ੍ਰਧਾਨ ਨੂੰ ਮਿਲ ਗਿਆ ਸਾਰੇ ਮੁਲਾਜ਼ਮ ਪ੍ਰਧਾਨ ਦੀ ਜੈ ਜੈਕਾਰ ਕਰ ਰਹੇ ਸਨ ਮਿਹਨਤ ਸਾਰੀ ਮਨਿੰਦਰ ਨੇ ਕੀਤੀ ਤੇ ਬੱਲੇ-ਵੱਲੇ ਪ੍ਰਧਾਨ ਦੀ ਇੱਥੇ ਵੀ ਮਨਿੰਦਰ ਨਾਲ ਪਿੰਡ ਵਾਲੀ ਹੀ ਹੋਈ ਜਿਵੇਂ ਪਿੰਡ ਕੀਤੀ ਸਾਰੀ ਮਿਹਨਤ ਦਾ ਕ੍ਰੈਡਿਟ ਉਸ ਦੀ ਮਾਂ ਨਹੀਂ ਲੈ ਲਿਆ ਸੀ ਤੇ ਉਹ ਖਾਲੀ ਹੱਥ ਘਰੋਂ ਆਇਆ ਉਹੀ ਹਾਲ ਉਸ ਦਾ ਹੁਣ ਹੋਇਆ ਇੱਕ ਵਾਰ ਉਸ ਦੇ ਹੱਥ ਫੇਰ ਖਾਲੀ ਹੀ ਸਨ ਪਰ ਉਸ ਨੂੰ ਅਫਸੋਸ ਨਹੀਂ ਸੀ ਉਸੇ ਮੁਲਾਜ਼ਮ ਖੁਸ਼ ਸਨ ਉਹਨਾਂ ਦੀ ਖੁਸ਼ੀ ਵਿੱਚ ਹੀ ਉਸ ਦੀ ਖੁਸ਼ੀ ਸੀ ਹੜਤਾਲ ਖਤਮ ਹੋਣ ਤੋਂ ਬਾਅਦ ਯੂਨੀਵਰਸਿਟੀ ਵਿੱਚ ਕੰਮ ਕਾਜ ਆਮ ਵਾਂਗ ਹੋ ਗਿਆ ਉਧਰ ਹਰਮਿਤ ਵੀ ਐਡ ਹੌਕ ਤੇ ਕਰ ਰਹੀ ਸੀ ਨੌਕਰੀ ਤੋਂ ਐਨੀ ਖੁਸ਼ ਨਹੀਂ ਸੀ ਕਿਉਂਕਿ ਸਕੂਲ ਵਿੱਚ ਰੈਗੂਲਰ ਸਟਾਫ ਨੇ ਉਹਨਾਂ ਨਾਲ ਵਿਤਕਰਾ ਸ਼ੁਰੂ ਕਰ ਦਿੱਤਾ ਉਹਨਾਂ ਹਰ ਗੱਲ 'ਚ ਅਸੀਂ ਤਾਂ ਰੈਗੂਲਰ ਹਾਂ ਦਾ ਮੀਣਾ ਦਿੰਦੇ ਹਰਮਿਤ ਹੋਂ ਸਕੂਲ 'ਚ ਆਪਣੇ ਆਪ ਨੂੰ ਦੋ ਨੰਬਰ ਦਾ ਸ਼ੈਰੀ ਸਮਝਦੀ। ਅਸੀਂ ਐਡਹੌਕ ਤੇ ਕਾਦਾ ਹੋਏ ਸਾਡਾ ਤਾਂ ਜੀਣਾ ਹੀ ਹਰਾਮ ਕਰਤਾ ਰੈਗੂਲਰ ਸਟਾਫ ਨੇ। ਹਰਮਿਤ ਨੇ ਮਨਿੰਦਰ ਕੋਲ ਰੋਜ਼ ਪ੍ਰਗਟ ਕੀਤਾ। ਤੁਸੀਂ ਕਿੰਨੇ ਜਣੇ ਹੋ ਐਡਹੌਕ ਵਾਲੇ? ਮਨਿੰਦਰ ਨੇ ਪੁੱਛਿਆ। ਅਸੀਂ ਸਿਰਫ ਤਿੰਨ ਹਾਂ, ਹਰਮਿਤ ਨੇ ਕਿਹਾ। ਤੂੰ ਵੈਸੇ ਨੌਕਰੀ ਛੱਡ ਕਿਉਂ ਨਹੀਂ ਦਿੰਦੀ? ਹੁਣ ਤੂੰ ਰੈਗੂਲਰ ਨਹੀਂ ਹੋਣਾ। ਵੋਟਾਂ ਨੇੜੇ ਹਨ। ਜੇ ਸਰਕਾਰ ਬਦਲ ਗਈ ਤਾਂ ਨਵੀਂ ਸਰਕਾਰ ਨੇ ਤੁਹਾਨੂੰ ਨਹੀਂ ਰੱਖਣਾ। ਮਨਿੰਦਰ ਨੇ ਸਮਝਾਇਆ ਮੈਂ ਆਪ ਤਾਂ ਨਹੀਂ ਛੱਡਦੀ ਜੇ ਸਰਕਾਰ ਕਰਦੇ ਤਾਂ ਕਰਦੇ ਹਰਮੀਤ ਨੇ ਜਵਾਬ ਦਿੱਤਾ ਮਨਿੰਦਰ ਵੀ ਹੈਰਾਨ ਸੀ ਕਿਉਂ ਇੰਨਾ ਸਮਾਂ ਨੌਕਰੀ ਕਰ ਕਿਵੇਂ ਗਈ ਉਹ ਤਾਂ ਸੋਚਦਾ ਸੀ ਇਹ ਜਲਦੀ ਹੀ ਛੱਡ ਦੇਊਗੀ ਦੋ ਛੁੱਟੀਆਂ ਹਨ ਚਲੋ ਪਿੰਡ ਚੱਲਦੇ ਹਰਮੀਤ ਨੇ ਮਨਿੰਦਰ ਨੂੰ ਖਿਆਲਾਂ 'ਚੋਂ ਕੱਢਿਆ ਬਹੁਤ ਦਿਨ ਹੋ ਗਏ ਲੌਂਗ ਡਰਾਈਵ ਤੇ ਨਹੀਂ ਗਏ ਹਰਮੀਤ ਨੇ ਕਿਹਾ ਚਲੋ ਨਾਲੇ ਦੋ ਦਿਨ ਬੱਚੇ ਘੁੰਮ ਫਿਰਉਣਗੇ ਮਨਿੰਦਰ ਨੇ ਵੀ ਸਹਿਮਤੀ ਦਿੱਤੀ ਉਹ ਪਿੰਡ ਲਈ ਰਵਾਨਾ ਹੋ ਗਏ ਮਨਿੰਦਰ ਨੇ ਸੋਚਿਆ ਤਾਂ ਇਹ ਸੀ ਕਿ ਉਹ ਪਿੰਡ ਜਾ ਕੇ ਥੋੜਾ ਰਿਲੈਕਸ ਹੋ ਕੇ ਆਉਣਗੇ ਪਰ ਉਸ ਨੂੰ ਕੀ ਪਤਾ ਸੀ ਵੀ ਪਿੰਡੋਂ ਵੀ ਉਸ ਨੂੰ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ ਮਨਿੰਦਰ ਆਪਣੇ ਪਰਿਵਾਰ ਨੂੰ ਲੈ ਕੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੇਟ ਹੀ ਪਿੰਡ ਪਹੁੰਚਿਆ ਉਸ ਨੂੰ ਇਸ ਤਰ੍ਹਾਂ ਅਚਾਨਕ ਵੇਖ ਕੇ ਮਾਂ ਥੋੜਾ ਘਬਰਾ ਗਈ ਪਰ ਉਸ ਨੇ ਆਪਣੀ ਘਬਰਾਹਟ ਛੁਪਾ ਲਈ ਮਨਿੰਦਰ ਨੇ ਨੋਟ ਕੀਤਾ ਕਿ ਮਾਂ ਕੁਝ ਛੁਪਾ ਰਹੀ ਹੈ ਪਿਤਾ ਜੀ ਹਰ ਵਾਰ ਵਾਂਗੂ ਸ਼ਰਾਬ ਚ ਟੱਲੀ ਸਨ ਰਾਤ ਨੂੰ ਤਾਂ ਮਨਿੰਦਰ ਨੇ ਵੀ ਮਾਂ ਤੋਂ ਕੁਝ ਨਾ ਪੁੱਛਿਆ ਉਹ ਰੋਟੀ ਖਾ ਕੇ ਸੌਂ ਗਏ ਸਵੇਰੇ ਮਨਿੰਦਰ ਨੂੰ ਜਲਦੀ ਉੱਠਣ ਦੀ ਆਦਤ ਸੀ ਉਸ ਨੇ ਉੱਠ ਕੇ ਵੇਖਿਆ ਮਾਂ ਚੁੱਲ੍ਹੇ ਮੂਰੇ ਬੈਠੀ ਚਾਵਣਾ ਰਹੀ ਸੀ ਮਨਿੰਦਰ ਵੀ ਮਾਂ ਕੋਲ ਆ ਗਿਆ ਮਾਂ ਕੀ ਗੱਲ ਆ ਤੂੰ ਮੈਨੂੰ ਕੁਝ ਉਦਾਸ ਜੀ ਲੱਗੀ ਤੈਨੂੰ ਸਾਡੇ ਆਏਾਂ ਦੀ ਕੋਈ ਖਾਸ ਖੁਸ਼ੀ ਨਹੀਂ ਹੋਈ ਕੀ ਗੱਲ ਆ ਮਨਿੰਦਰ ਨੇ ਮਾਂ ਨੂੰ ਪੁੱਛਿਆ ਲੈ ਖੁਸ਼ੀ ਕਿਉਂ ਨਹੀਂ ਹੋਈ ਪਰ ਮੈਂ ਵੀ ਕੀ ਕਰਾਂ ਚੰਦਰੀ ਸੋਚ ਆ ਜਾਂਦੀ ਆ ਮਾਂ ਨੇ ਫਿਰ ਬੁਝਾਰਤ ਪਾਈ ਮਾਂ ਹੋਇਆ ਕੀ ਤੂੰ ਦੱਸਦੀ ਕਿਉਂ ਨਹੀਂ ਮਨਿੰਦਰ ਵੀ ਜਾਣਨ ਲਈ ਉਤਾਵਲਾ ਸੀ ਵੀ ਕੀ ਹੋਇਆ ਵੀ ਤੈਨੂੰ ਕੀ ਦੱਸਾਂ ਉਹਨੇ ਤਾਂ ਬਠਿੰਡੇ ਵਾਲੀ ਕੂਠੀ ਵੇਚਦੀ ਮਾਂ ਨੇ ਕਿਹਾ ਕਿਸਨੇ ਛੋਟੇ ਨੇ ਵੇਚਦੀ ਲੈ ਉਹਨੇ ਇਕੱਲੇ ਨੇ ਕਿਵੇਂ ਵੇਚਦੀ ਤੁਹਾਡੀ ਰਾਏ ਤੋਂ ਬਿਨਾ ਪਰ ਵੇਚੀ ਕਿਉਂ ਮਨਿੰਦਰ ਨੇ ਹੈਰਾਨੀ ਨਾਲ ਪੁੱਛਿਆ ਤੇਰੀ ਗੱਲ ਤਾਂ ਸੱਚੀ ਆ ਵਿੱਚ ਹੀ ਤਾਂ ਸਾਡੀ رائے ਨਾਲ ਹੀ ਆ ਉਹ ਪੈਸੇ ਮੰਗਦਾ ਸੀ ਕਹਿੰਦਾ ਮੈਂ ਚੰਡੀਗੜ੍ਹ ਬੂਥ ਲੈਣੇ ਆ ਉਹ ਤਾਂ ਕਹਿੰਦਾ ਸੀ ਆੜਤੀਏ ਤੋਂ ਦਵਾ ਦਿਓ ਮੈਨੂੰ ਆੜਤੀਏ ਤੋਂ ਐਨੇ ਪੈਸੇ ਵਿਆਜ ਤੇ ਲੈਣੀ ਠੀਕ ਨਹੀਂ ਲੱਗੇ ਮੈਂ ਹੀ ਕਹਤਾ ਕੋਠੀ ਵੇਚ ਲਾ ਮਾਂ ਨੇ ਕਿਹਾ ਕਿੰਨੇ ਪੈਸੇ ਮੰਗਦਾ ਸੀ ਹਾਂ ਸੱਚ ਕਿੰਨੇ ਦੀ ਵਿਕੀ ਕੋਠੀ ਮਨਿੰਦਰ ਇਹ ਤਾਂ ਪੁੱਛਣਾ ਹੀ ਭੁੱਲ ਗਿਆ ਸੀ ਕੋਠੀ ਤਾਂ 12 ਲੱਖ ਦੀ ਵਿਕ ਗਈ ਸੋਨੇ ਪੈਸੇ ਵਟਾ ਗਏ ਉਸ ਨੂੰ ਤਾਂ ਸਵਾਰਾਂ ਲੱਖ ਚਾਹੀਦਾ ਸੀ ਕੁਝ ਉਹ ਕਹਿੰਦਾ ਸੀ ਵੀ ਮੇਰੀ ਘਰ ਵਾਲੀ ਕੋਲ ਹਨ ਮਾਂ ਨੇ ਕਿਹਾ ਵਧੀਆ ਸੋਚਿਆ ਤੂੰ ਮਾਂ ਪਹਿਲਾ ਮਸਾ ਕਰਜ਼ਾ ਲਾਇਆ ਸੀ ਕਰਜ਼ੇ ਲੈ ਕੇ ਬੂਥ ਲੈਣ ਦਾ ਤਾਂ ਫਾਇਦਾ ਵੀ ਕੀ ਸੀ ਵਸੇ ਬੂਥਾਂ ਜਿਸ ਨੇ ਕੰਮ ਕੀ ਕਰਨਾ ਮਨਿੰਦਰ ਬਿਲਕੁਲ ਨੋਰਮਲ ਸੀ ਕਹਿੰਦਾ ਸੀ ਕੋਈ ਕੰਮ ਕਰੂੰਗਾ ਸਮਝ ਨਹੀਂ ਆਉਂਦੀ ਉਹ ਲੱਕੜ ਦੇ ਬਕਸਿਆਂ 'ਚ ਉਹ ਕਿਹੜਾ ਕੰਮ ਕਰੂ ਲੱਕੜ ਦੇ ਬਕਸਿਆਂ 'ਚ ਹੋਰ ਬੂਥ ਤਾਂ ਉਹੀ ਹੋਏ ਜਿੰਨੇ ਆ ਦੁੱਧ ਜਾਂ ਵੇਚਦੇ ਹੁੰਦੇ ਆ ਅੱਡੇ ਤੇ ਵੀ ਲੱਗੇ ਹੁੰਦੇ ਆ ਜਿਵੇਂ ਚਾਹ ਵਾਲੇ ਖੁੱਖੇ ਵਾਂਗੂ ਹਾ ਹਾ ਉਹ ਨਹੀਂ ਮਾਂ ਉਹ ਦੁਕਾਨਾਂ ਹੀ ਹੁੰਦੀਆਂ ਨੇ ਪੱਕੀਆਂ ਪੂਰੀ ਮਾਰਕੀਟ ਹੁੰਦੀ ਆ ਮੂਰੇ ਬਰਾਂਡਾ ਫਿਰ ਉਸਨੂੰ ਦੁਕਾਨ ਕਿਉਂ ਨਹੀਂ ਕਹਿੰਦੇ ਬੂਥ ਕਿਉਂ ਕਹਿੰਦੇ ਆ ਮਾਂ ਸ਼ਹਿਰ ਵਾਲਿਆਂ ਨੇ ਦੁਕਾਨਾਂ ਤੇ ਬੂਥਾਂ 'ਚ ਫਰਕ ਰੱਖਿਆ ਇੱਕ ਤਾਂ ਬੂਥਾਂ ਦਾ ਸਾਈਜ਼ ਘੱਟ ਹੁੰਦਾ ਦੂਜਾ ਬੂਥਾਂ ਦੀ ਛੱਤ ਉੱਪਰ ਤੁਸੀਂ ਕੁਝ ਪਾ ਨਹੀਂ ਸਕਦੇ ਪਰ ਦੁਕਾਨਾਂ ਦੇ ਉੱਪਰ ਤਾਂ ਲੋਕ ਘਰ ਵੀ ਪਾ ਲੈਂਦੇ ਨੇ ਆਹ ਫਰਕ ਆ ਬੂਥਾਂ ਤੇ ਦੁਕਾਨਾਂ 'ਚ ਮਨਿੰਦਰ ਨੇ ਮਾਂ ਨੂੰ ਸਮਝਾਇਆ ਅੱਛਾ ਅੱਛਾ ਤਾਂ ਹੀ ਅਸੀਂ ਉਹਦੇ ਦੇ ਸੋਚੀ ਜਾਂਦੇ ਆਂ ਵੀ ਇਹ ਕਮਲਾ ਹੀ ਆ ਉਹਨਾਂ ਤੇ ਇੰਨੇ ਪੈਸੇ ਲਾਈ ਜਾਂਦਾ ਡਰਦੇ ਉਸ ਨੂੰ ਪੁੱਛੀਏ ਹੈ ਨਾ ਹੁਣ ਸਮਝ ਆਈ ਆ ਉਹ ਤਾਂ ਫਿਰ ਠੀਕ ਨੇ ਮਤਲਬ ਦੋ ਦੁਕਾਨਾਂ ਹੋ ਗਈਆਂ ਮਾਂ ਨੂੰ ਸਮਝ ਆ ਗਈ ਸੀ ਆ ਹੋਰ ਕੀ ਦੋ ਛੋਟੀਆਂ ਦੁਕਾਨਾਂ ਮਾਰਕੀਟ 'ਚ ਇਹ ਤਾਂ ਉਸਨੇ ਵਧੀਆ ਗੱਲ ਕੀਤੀ ਪਰ ਜੇ ਮੇਰੇ ਨਾਲ ਸਲਾਹ ਕਰਦਾ ਤਾਂ ਮੈਂ ਪਹਿਲਾਂ ਘਰ ਲੈਣ ਦੀ ਸਲਾਹ ਦਿੰਦਾ ਕਿੰਨੇ ਸੈਕਟਰ ਚ ਨੇਬੂਤ 35 ਸੈਕਟਰ ਚ ਰਹਿੰਦਾ ਸੀ ਮੈਂ ਤਾਂ ਡਰਦੀ ਨਹੀਂ ਤੈਨੂੰ ਦੱਸਿਆ ਨਹੀਂ ਉਹ ਤਾਂ ਘਰ ਵੀ ਵੇਖੀ ਬੈਠਾ ਮੋਹਾਲੀ ਚ ਤਿੰਨ ਮੰਜ਼ਲਾ ਹੈ ਕਹਿੰਦਾ ਸੀ ਉੱਪਰਲੀਆਂ ਮੰਜ਼ਲਾਂ ਕਿਰਾਏ ਤੇ ਦੇ ਦੂੰਗਾ ਮਾਂ ਨੇ ਸਾਰੀ ਗੱਲ ਸਪਸ਼ਟ ਕੀਤੀ ਮੈਥੋਂ ਕਾਹਦਾ ਡਰ ਸੀ ਤੈਨੂੰ ਮਾਂ ਪਰ ਇੰਨਾ ਕੁਝ ਇਕੱਠਾ ਕਿਵੇਂ ਕਰ ਲਵਾਂ ਬੂਤ ਵੀ ਤੇ ਘਰ ਵੀ ਮਨਿੰਦਰ ਨੇ ਕਿਹਾ ਦੀਰਾ ਤਾਂ ਸਮਾਨ ਵੀ ਰੱਖ ਲਿਆ ਸੀ ਅਸੀਂ ਤੇ ਤੈਨੂੰ ਖਾਲੀ ਹੱਥ ਤੋਰਦਾ ਸੀ ਘਰੋਂ ਤਾਂ ਡਰਦੀ ਸੀ ਪੁੱਤ ਤੈਨੂੰ ਕਿਹੜੇ ਮੂੰਹ ਨਾਲ ਦੱਸਾਂ ਉਹ ਤਾਂ ਕਹਿੰਦਾ ਵੀ ਜੇ ਪੈਸੇ ਦੇ ਸਕਦੇ ਹਾਂ ਤਾਂ ਠੀਕ ਆ ਨਹੀਂ ਮੈਂ ਆਪਦੇ ਹਿੱਸੇ ਦੀ ਜ਼ਮੀਨ ਵਿੱਚੋਂ 5 ਕਿਲੇ ਜ਼ਮੀਨ ਵੇਚ ਲੈਣਾ ਫਿਰ ਮਰਦੇ ਕੀ ਨਾ ਕਰਦੇ ਫਿਰ ਕਿਹਾ ਵੀ ਜਾ ਕੋਠੀ ਵੇਚ ਲੈ ਮਾਂ ਅੱਖਾਂ ਬਾਕੀ ਦੀ ਕਹਾਣੀ ਗੱਲ ਦੀ ਵੀਡੀਓ ਵਿੱਚ ਜਾਰੀ ਰੱਖਾਂਗੇ ਜੀ ਪੂਰਾ ਨਾਵਲ ਸੁਣਨ ਲਈ ਬਣੀ ਰਿਹਾ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ